ਪਿੰਡ ਮੇਲਾ ਸ਼ੇਲਾ ਵੀ ਲੱਗਦਾ ਸੀ ਉਸ ਵੇਲੇ? ਉਸ ਵੇਲੇ ਗੁਰਦੁਆਰੇ ਮੇਲਾ ਲੱਗਦਾ ਸੀ। ਹਾਂ, ਕੁਜਰ ਵਾਲੇ ਮੁੰਡੇ ਆਉਂਦੇ ਨੇ ਘੁਲਣ ਵਾਸਤੇ, ਲਾਹੌਰੋਂ ਆ ਜਾਂਦੇ ਸਨ। ਸਾਉਣ ਦੀ ਸੱਤਵੀਂ, ਛੇਵੀਂ ਅਤੇ ਸੱਤਵੀਂ ਦੋ ਰੰਗ ਬੜਾ ਮੇਲਾ ਲੱਗਦਾ ਸੀ ਆ ਸ਼ਰਕੋਂ ਲਾਂਦੇ ਪਾਸੇ, ਜਿੱਥੇ ਗੁਰਦੁਆਰਾ ਲੱਗਾ ਹੈ ਇਹ ਤੋਂ ਲਾਂਦੇ ਅਖਾੜੇ ਬਾਜਦਾ ਸੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਦੋਨੇ ਇੱਕ ਮੁਸਲਮਾਨ ਸੀ ਤੁਹਾਡੇ ਵਾਲਾ ਸਾਹਿਬ ਤੇ ਦੂਸਰਾ ਸਿੱਖ ਸੀ? ਉਹ ਸਿੱਖ ਸੀ, ਬਾਹਮਣ ਸੀ। ਬਾਹਮਣ ਇਹ ਗਲੀ ਦਾ। ਅੱਛਾ। ਉਹ ਕਿਹਾ ਭਾਈ ਕੀ ਗੱਲਾਂ ਕਰਨੇ? ਉਹ ਕਿਹਾ ਮੈਂ ਨਹੀਂ ਕਰਦਾ, ਮੈਂ ਪੜ੍ਹਿਆ ਹੈ ਵੇਨਾ। ਉਹ ਕਿਹਾ ਇਹ ਕਿਤਾਬ ਇਹਦਾ ਜੀ ਇੱਕ ਦਿਹਾੜੀ ਜੁਦਾਈ ਹੋਣੀ ਜੀ। ਉਸ ਪਿੰਡ ਦੇ ਧਾੜਾਂ ਪੈਂਦੀਆਂ ਸਨ, ਆਟਾ ਲੈ ਜਾਣਾ, ਦਾਣੇ ਲੈ ਜਾਣੇ, ਪੈਸੇ ਲੈ ਜਾਣੇ, ਭੁੱਖੇ ਜਮਾਨੇ ਸਨ, ਨਹਿਰਾਂ ਕੋਈ ਨਹੀਂ ਸਨ, ਘੱਟ ਹੀ ਸਨ। ਉਦੋਂ ਫਿਰ ਆਈਆਂ ਨੇ ਮਗਰੋਂ ਜੀ, ਸਾਡੇ ਪਿਆਵਾਂ ਦੇ ਵੇਲੇ ਆਈਆਂ ਨੇ। ਉਹ ਰਾਤ ਦੋ ਬੰਦੇ ਪਹਿਰਾ ਦਿੰਦੇ ਸਨ, ਹੈਂਜੀ, ਅਤੇ ਉੱਥੇ ਨਾ ਉਹ ਬੁਗਦਰ ਚੁੱਕਦਾ ਸੀ ਸਰਦਾਰ ਗੰਡਾ ਸਿੰਘ, ਹਾਂ, ਵੇਲੇ ਨਾ ਮਲੈਸ਼ ਕਰਕੇ ਤੇ ਬੁਗਦਰ ਲੱਤਾਂ ਜੀ ਫੇਰ ਕਿਤਾ ਜੀ ਲਿਆਉਂਦਾ ਸੀ। ਮੱਟੂ ਭਾਈ ਕੇ ਪਿੰਡ ਹੈ। ਅੱਛਾ, ਇਹ ਸਾਰਾ ਛੱਪੜ ਸੀ, ਆ ਪੁਰਾਣਾ ਛੱਪੜ ਜੀ ਸਾਹਮਣੇ ਨਜ਼ਰ ਆ ਰਿਹਾ ਹੋਣਾ ਤੁਹਾਨੂੰ। ਕਿਹੜੇ ਪਿੰਡ ਬੈਠੇ ਤੁਸੀਂ? ਮੱਟੂ ਭਾਈ ਕੇ। ਮੱਟੂ ਭਾਈ ਕੇ ਇਹਦੇ ਨਾਲ ਕਿਹੜੇ ਕਿਹੜੇ ਪਿੰਡ ਨੇ? ਭਾਣੋ ਕੇ, ਹਾਂਜੀ, ਕੋਲੋ ਵਾਲਾ, ਹਾਂਜੀ, ਖਾਨ ਮੁਸਲਮਾਨ, ਨਸ਼ਹਿਰਾ ਵਿਰਕਾਂ ਦਾ, ਗੋਬਿੰਦਪੁਰਾ। ਸਹੀ ਹੋ ਗਿਆ। ਤਹਿਸੀਲ ਇਹਦੀ ਕਿਹੜੀ ਹੈ? ਤਹਿਸੀਲ ਉਦੋਂ ਕੁਝ ਨਾ ਆਲਾ ਸੀ। ਉਦੋਂ ਕੁਝ ਨਾ ਆਲਾ ਸੀ, ਹਾਂ, ਹੁਣ ਇੱਥੇ ਆ ਗਈ ਸਾਰੀ। ਹੁਣ ਕਿਹੜੀ ਨਸ਼ਹਿਰਾ? ਹਾਂ, ਸਹੀ ਹੋ ਗਿਆ। ਮੈਂ ਜੀ ਅੱਜ ਤੁਹਾਡੇ ਕੋਲ ਮੱਟੂ ਭਾਈ ਕੇ ਦੇ ਮਾਮਲੇ 'ਤੇ, ਇਹਦੇ ਉੱਤੇ ਪਿੰਡ ਦੀ ਹਿਸਟਰੀ ਪੁੱਛਣ ਆਇਆ ਤੁਹਾਡੇ ਕੋਲ ਜੀ, ਕਿ ਇੱਥੇ ਕਿਹੜੀਆਂ ਕਿਹੜੀਆਂ ਕੌਮਾਂ ਆਬਾਦ ਸਨ 47 ਵੇਲੇ,
ਉਸ ਵਕਤ ਹਾਂਜੀ ਅਤੇ ਅੱਜ ਉਹਦੀ ਹਿਸਟਰੀ ਤੁਹਾਡੇ ਕੋਲ ਲਵਾਂਗੇ ਅਤੇ ਸਾਨੂੰ ਦੱਸੋ ਜੀ ਇਹ ਪਿੰਡ ਕਿੱਡਾ ਕੁ ਵੱਡਾ ਸੀ? ਛੋਟਾ ਜੀ ਅਸੀਂ। ਕਿੰਨਾ ਕੁ ਪਿੰਡ ਦੇ ਵਿੱਚ ਘਰ ਸੀ? ਦੋ ਪਿੰਡ ਸਨ, ਹੁਣ ਕਿਹੜਾ ਗਿਣੇ ਨੇ ਬਾਈ? ਅੰਦਾਜ਼ਾ ਨਾ ਕਹੋ ਨਾ, 500 ਘਰ ਸੀ ਜਾਂ 600 ਘਰ ਸੀ ਅਤੇ ਹੁਣ ਜ਼ਿਆਦਾ ਵੱਡਾ ਹੋ ਗਿਆ। ਇੰਨਾ ਹੀ ਹੋਰ ਕਿੰਨਾ ਹੋਣਾ ਬਾਈ? ਸਹੀ ਹੋ ਗਿਆ। ਮੁਸਲਮਾਨਾਂ ਦੇ ਕਿੰਨੇ ਘਰ ਸੀ ਅਤੇ ਸਿੱਖਾਂ ਦੇ ਕਿੰਨੇ ਕੁ ਸਨ? ਸਿੱਖਾਂ ਦੇ ਅੱਧੋ ਅੱਧ ਸਨ। ਇੱਥੇ ਚੰਦੜ ਰਾਈ ਅਤੇ ਘਰ ਮੱਟੂ ਥੋੜ੍ਹੇ ਸਨ, ਸਿੱਖ ਸਾਰੇ ਮੱਟੂ ਟੁੱਟ ਗਏ ਨੇ ਇੱਥੋਂ। ਨਹੀਂ ਨਹੀਂ, ਜਦੋਂ ਪਹਿਲੇ ਜਦੋਂ ਰਹਿੰਦੇ ਸਨ ਅੱਧੋ ਅੱਧ ਸਨ। ਮੁਸਲਮਾਨ ਵੀ ਮੱਟੂ ਸਨ? ਆਹੋ, ਮੁਸਲਮਾਨ ਮੁਸਲਮਾਨ ਮੱਟੂ ਹੋਏ ਸਨ ਥੋੜ੍ਹੇ, ਸਿੱਖ ਵੀ ਮੱਟੂ ਸਨ, ਸਿੱਖ ਵੀ ਮੱਟੂ ਜ਼ਿਆਦਾ ਸਨ। ਸਹੀ ਸਹੀ ਸਹੀ। ਸਿੱਖਾਂ ਦੇ ਨਾਂ ਯਾਦ ਨੇ ਜਿਹੜੇ ਸਿੱਖਾਂ ਦੇ ਮੱਟੂ ਸਨ? ਆਕਮ ਸਿੰਘ, ਹਾਂਜੀ, ਸੁੱਚਾ ਸਿੰਘ, ਹਾਂਜੀ, ਅਜੀਤ ਸਿੰਘ, ਹਾਂਜੀ, ਚਤਰ ਸਿੰਘ, ਹਾਂਜੀ, ਗੁਰਬਚਨ ਸਿੰਘ, ਉਹ ਤਾਂ ਪੁੱਤਰ ਉਹਨਾਂ ਦੇ ਨੇ ਨਾ, ਹਾਂਜੀ, ਦੂਲਾ ਸਿੰਘ, ਹਾਂਜੀ, ਇਹ ਵੱਡੇ ਖੂਹ 'ਤੇ ਹੁੰਦਾ ਸੀ, ਕਰਤੇ ਇੱਥੇ ਸਨ, ਮਾਲ ਵੀ ਉੱਥੇ ਸੀ, ਮਈ ਵਾਲੇ, ਲੱਗਾ ਸਿੰਘ ਹੀ ਹੁੰਦੇ ਸਨ। ਬਾਹਮਣ ਵੀ ਸਨ ਇੱਥੇ, ਨਾਮ ਕੀ ਸੀ ਉਹਨੂੰ? ਨਾਂ ਹੀ ਭੁੱਲ ਗਏ ਸਾਨੂੰ। ਸਹੀ ਹੋ ਗਿਆ। ਮੱਟੂ ਜਿਹੜੇ ਸਿੱਖ ਸਨ ਉਹਨਾਂ ਦੇ ਨਾਂ ਦੱਸ ਦਿਓ। ਉਹੀ ਦੱਸਣਾ ਪਿਆ ਤੁਹਾਨੂੰ, ਦੱਸੇ ਨੇ ਨਾ, ਹਾਂਜੀ, ਜਿਹੜੇ 5-7 ਘਰ ਗਿਆ ਪਤਾ ਸੀ ਨਾ, ਉਹ ਵੀ ਸਨ, ਉਹ ਜੇਲ੍ਹ 'ਚ ਰਹਿ ਨਾ, ਲੱਗਾ ਸਿੰਘ ਕੇ, ਹਾਂਜੀ, ਅਤੇ ਹੋਰ ਕਿਹੜਾ ਸੀ ਬਾਈ? ਅੱਛਾ ਜੀ, ਹੋਰ ਕਿਹੜੇ ਸਿੱਖ ਸਨ? ਉਹ ਸਿੱਖ ਤੇ ਗੁਰਚਰਨ ਸਿੰਘ, ਗੁਰਚਰਨ ਸਿੰਘ, ਸਾਰਿਆਂ ਕੋਲ ਸੀਗੀ। ਲੰਬੜਦਾਰ ਵੀ ਹੈ ਸੀ ਕੋਈ? ਉਹਦਾ ਨਾਂ ਯਾਦ ਹੈ? ਲੰਬੜਦਾਰ ਸੀ, ਉਹਦਾ ਵੇਖੋ ਨਾਂ ਯਾਦ ਸੀ, ਉਸ ਪਿੰਡ ਰਹਿੰਦਾ ਸੀ, ਨਹੀਂ ਇੱਕ ਗੁਰਦੁਆਰਾ ਤੇ ਦੋ ਧਰਮਸ਼ਾਲੇ। ਦੋ ਧਰਮਸ਼ਾਲਾ ਸੀ? ਇੱਕ ਉਸ ਪਿੰਡ ਸੀ ਤੇ ਇੱਕ ਇੱਥੇ ਐਸ ਗੁੱਠ ਦੇ ਉੱਤੇ ਦੇ ਛੱਪੜ ਦੇ ਕੋਲ ਸੀ। ਧਰਮਸ਼ਾਲਾ ਉਹ ਵੀ ਸੀ, ਤੇ ਗੁਰਦੁਆਰਾ ਦੇ ਇਹਨਾਂ ਦਾ ਵੱਡਾ ਗੁਰੂ ਗੁਰੂ ਲੰਘਿਆ ਸੀ ਜੀ, ਇੱਥੇ ਨਹਾਤਾ ਸੀ। ਕਿਹੜੀ ਜਗ੍ਹਾ ਤੇ? ਆਹ ਗੁਰਦੁਆਰੇ ਬੁੱਟੇ, ਹਾਂਜੀ, ਇਹ ਫਿਰ ਗੁਰਦੁਆਰਾ ਬਣਿਆ ਸੀ। ਪਹਿਲਾਂ ਨੀਕੀ ਜੀ ਗੁੰਮਸੀ ਸੀ, ਗਾਈ ਛਾਪੀਆਂ ਸਨ, ਘੋੜੀਆਂ ਬੈਠ ਕੇ, ਕੋਈ ਮੱਝ, ਕੋਈ ਊਠ, ਕੋਈ ਉਹਨਾਂ ਦੇ ਬੱਚੇ, ਇਹ ਛਾਪੇ ਸਨ ਉਸ ਵਕਤ ਵਿੱਚ ਇੱਥੇ। ਫਿਰ ਇਹਨਾਂ ਗੁਰਦੁਆਰਾ ਤਿਆਰ ਕੀਤਾ। ਕਿੰਨੇ ਕਰਵਾਇਆ ਸੀ ਗੁਰਦੁਆਰਾ ਤਿਆਰ? ਸਿੱਖਾਂ ਜੀ, ਸਿੱਖਾਂ ਨੇ ਕਰਵਾਇਆ। ਹੋਰ ਕਿਸੇ ਨੇ ਨੇੜੇ ਆਇਆ? ਬਾਬਾ ਖੂਬਸੂਰਤ ਬਣਿਆ ਸੀ। ਬੱਲੇ ਬੱਲੇ, ਹੁਣ ਕੀ ਵੇਖਣ ਹੋਇਆ? ਮਾਘਾ ਮਾਰਿਆ ਇੱਥੇ ਪਤਾ ਲੱਗਦਾ ਗੁਰਦੁਆਰੇ ਮਾਘਾ ਮਾਰਦੇ ਨੂੰ ਪਏ। ਅੱਛਾ ਜੀ, ਬਲੋਟੀਆਂ ਦੇ ਸਨ ਜਿਹਨੇ ਬਣਾਇਆ ਸੀ। ਕਿਹਨਾਂ ਦੇ? ਬਲੋਟੀਆਂ, ਉਹ ਸ਼ਾਇਦ ਨਾਲ ਨੇ, ਉਹਨਾਂ ਮਿਸਰੀਆਂ ਬਣਾਇਆ ਸੀ ਗੁਰਦੁਆਰਾ। ਅੱਛਾ ਜੀ, ਹਾਂ, ਸਹੀ ਹੋ ਗਿਆ, ਸਹੀ ਹੋ ਗਿਆ। ਤੇ ਹਿੰਦੂਆਂ ਦੇ ਘਰ ਵੀ ਹੈ ਸੀ ਇੱਥੇ? ਹਿੰਦੂ, ਹਾਂਜੀ, ਖੱਤਰੀ, ਸਹੀ ਸਹੀ, ਖੱਤਰੀ ਹੀ ਸਨ, ਹਾਂਜੀ, ਸਿੱਖ ਵੀ ਹੀ ਸਨ, ਸਹੀ ਸਹੀ, ਹਿੰਦੂ ਵੀ ਹੀ ਸਨ, ਇਹ ਤਰਾਵੇ ਕੌਮਾਂ ਇੱਥੇ ਸਨ। ਕੇ ਮੈਨੂੰ ਪਤਾ ਚੱਲਿਆ ਕਿ ਤੁਹਾਡੇ ਜਿਹੜੀ ਮੱਟੂ ਹੈ ਕੌਮ, ਇਹ ਵੀ ਪਹਿਲਾਂ ਸਿੱਖ ਹੀ ਸਨ, ਉਹਨਾਂ ਦੀ ਨਸਲ ਦੇ ਵਿੱਚੋਂ ਮੁਸਲਮਾਨ ਹੋਏ ਸਨ। ਇਹ ਤੈਨੂੰ ਦੱਸਣਾ ਨਾ, ਇਹ ਦੜਬ ਚੋਂ ਆਏ ਸਨ ਤਰਾਏ ਭਾਈ ਜਿਹੜੇ ਮੁਸਲਮਾਨ ਸਨ, ਸਿੱਖ। ਅੱਛਾ, ਸਿੱਖ ਉਸ ਪਿੰਡ ਆ ਗਏ ਨਾ, ਪਿੰਡ ਵੀ ਸੀ ਮੱਟੂ ਭਾਈ ਕੇ, ਮੱਟੂ ਭਾਈ ਕੇ, ਉਹ ਸੀ
ਆ ਗਲੀਆਂ ਦੋ ਜਣੀ ਨੇ ਬਾਹਮਣਾ ਜ਼ੋਰ ਸੀ ਇੱਥੇ ਸਹੀ ਉਸ ਆ ਕੇ ਤੇ ਕੇਸ ਲਵਾ ਦਿੱਤੇ ਸਾਨੂੰ ਇੱਕ ਨੇ ਹਾਂਜੀ ਯਾਦ ਦਾ ਸੰਧੂ ਸੀ ਸਹੀ ਸਿੱਖਾਂ ਯਾਦ ਸੰਧੂ ਸੀ ਉਹਨਾਂ ਦੂਜਿਆਂ ਦੋ ਭਰਾਵਾਂ ਕਿਹਾ ਵੀ ਅਸੀਂ ਭਾਂਡਾ ਤੂੰ ਵੱਖਰਾ ਕਰ ਲੈ ਉਸ ਵਿਰੁੱਧ ਬੀਵੀ ਕੀਤੀ ਸੀ ਜਨਾਨੀ ਉਹਦੇ ਵਿੱਚੋਂ ਅਸੀਂ ਫਿਰ ਤੁਰੇ ਹਾਂ ਮੁਸਲਮਾਨ ਹੋ ਗਿਆ ਨਾ ਇੱਕ ਟੁੱਟ ਗਿਆ ਸੀ ਭਾਨੂ ਕੀ ਉਹਦੇ ਨਾਲ ਭਾਨੂ ਸੀ ਉਹ ਪਿੰਡ ਜਿਹੜਾ ਉਹ ਪਿੰਡ ਫਿਰ ਪਵਾਇਆ ਉਸ ਇੱਕ ਟੁੱਟ ਗਿਆ ਦੁਨੀ ਚੱਕ ਆ ਉੱਤੇ ਸ਼ਰਗ ਦੇਵ ਉਸ ਉੱਥੇ ਪਾਇਆ ਉੱਥੇ ਭੁੱਖੇ ਮਰਨ ਗਏ ਕੀੜਾ ਨੀ ਟੁੱਟ ਗਏ ਉੱਥੇ ਵੀ ਮਟੂ ਦਰਿਆ ਦੇ ਪਾਰ ਨੇ ਉਹ ਤਰਾਵੇ ਅੱਡੋ ਅੱਡੋ ਉਹ ਸਿੱਖ ਰਹਿ ਗਏ ਇਹ ਮੁਸਲਮਾਨ ਹੋ ਗਿਆ ਜਿਹੜੇ ਇੱਥੇ ਸਿੱਖ ਸੀ ਉਹਦੀ ਲਾਜ ਫਿਰ ਅੱਗੇ ਵੱਧਦੀ ਜਾਏ ਅਸੀਂ ਥੋੜੇ ਘਰ ਹੀ ਹਾਂ ਮਟੂਆਂ ਦੇ ਕਾਗਜ਼ਾਂ ਹੀ ਨਹੀਂ ਸਾਨੂੰ ਪਾਉਂਦੇ ਘੱਟ ਸਨ ਅਸੀਂ ਇੱਕ ਦੀ ਲਾਜ ਆ ਨਾ ਸਾਰੀ ਬਲਾਜ ਦੀ ਮਟੂ ਉਤਲ ਫਿਰ ਟੁੱਟ ਗਏ ਸਨ ਸਾਡੇ ਪੁੜਦਾਦਾ ਜਿਹੜਾ ਸੀ ਉਹਦੇ ਨਾਲ ਵਧਾਇਆ ਸੀ ਵਧਾਇਆ ਮਟੂ ਅੱਗੋਂ ਉਹਦੇ ਅੱਗੋਂ ਸੋਹਣਾ ਮਟੂ ਆ ਗਿਆ ਅੱਗੋਂ ਉਹ ਸੋਹਣੇ ਦੇ ਜਿਹੜੇ ਤ੍ਰੈ ਪੁੱਤਰ ਸਨ ਉਹ ਅਸੀਂ ਹੋ ਗਏ ਹੈਂਜੀ ਤ੍ਰੈ ਭਰਾ ਮੇਰੇ ਚਾਚੇ ਅੱਗੋਂ ਫਿਰ ਆ ਮੁੰਡੇ ਆ ਉਹ ਪਏ ਲੱਗੇ ਹੁੰਦੇ ਨੇ ਮੈਨੂੰ ਹੁਣ ਇਹ ਦੱਸੋ ਇੱਥੇ ਸਕੂਲ ਹੈ ਸੀ ਉਸ ਵੇਲੇ ਉਹ ਸਕੂਲ ਇੱਕ ਸੀ ਕਿੰਨਵੀਂ ਤੱਕ ਸੀ ਬਾਜ਼ਾਰ ਵਿੱਚ ਕਿੰਨਵੀਂ ਕਲਾਸ ਤਾਂ ਸੀ ਪੰਜਵੀਂ ਤਾਂ ਚੌਥੇ ਤਾਂ ਅੱਠਵੀਂ ਤਾਂ ਕਿੰਨਵੀਂ ਕਲਾਸ ਤੱਕ ਉਹ ਪੰਜਵੀਂ ਤਾਂ ਨਹੀਂ ਸੀ ਪੰਜਵੀਂ ਤੱਕ ਛੇਵੀਂ ਪੰਜਵੀਂ ਬਸ ਤੁਸੀਂ ਉਸ ਵੇਲੇ ਪੜ੍ਹਦੇ ਹੁੰਦੇ ਸੀ ਅਸੀਂ ਮਸੀਤੀ ਜਾਂਦੇ ਹਾਂ ਉੱਥੇ ਸਕੂਲੇ ਪੜ੍ਹਨ ਵੀ ਸਿੱਖਾਂ ਦੇ ਬਾਲ ਵੀ ਨਾਲ ਹੀ ਪੜ੍ਹਦੇ ਸੀ ਇੱਕ ਹੀ ਥਾਂ ਹੀ ਉਹ ਸਰਕਾਰੀ ਨਹੀਂ ਸੀ ਉਹ ਸ਼ੌਂਕ ਨਾਲ ਪਾਇਆ ਸੀ ਇਹਨਾਂ ਬਾਹਮਣਾਂ ਨੇ ਬਾਹਮਣ ਜਿਹੜੇ ਨੇ ਦੋ ਗਲੀਆਂ ਨੇ ਬੜੀਆਂ ਵਸਦੀਆਂ ਸਨ ਬਾਬਾ ਜ਼ਮੀਨ ਭਾਂਡੇ ਵਾਲੇ ਸਨ ਤੇ ਜਿਹੜੇ ਮੱਟੂ ਸਿੱਖ ਸਨ ਉਹਨਾਂ ਕੋਲ ਕਿੰਨੀ ਕੁ ਜ਼ਮੀਨ ਸੀ ਉਹਨਾਂ ਕੋਲ ਫੜਕੋ ਪੁਰ ਕੀ ਸੀ ਕਿ ਮੇਰੇ ਕੋਲ 20 ਕਿੱਲੇ ਵੇ ਤੇ ਤੇਰੇ ਕੋਲ 15 ਵੇ ਫਿਰ ਮੈਂ ਕਿੱਥੋਂ ਪਾਵਾਂ ਵੀ ਦੂਜੀ 5 ਠੀਕ ਹੋ ਗਿਆ ਫੜਕੋ ਪੁਰ ਕੀ ਸੀ ਤੇ ਹੋਰ ਕਿਹੜੀਆਂ ਕਿਹੜੀਆਂ ਕੌਮਾਂ ਰਹਿੰਦੀਆਂ ਸੀ ਇੱਥੇ ਹੁਣ ਤੇ ਇੱਥੇ ਰਾਈ ਹਾਂਜੀ ਕਮਿਆਰ ਉਦੋਂ ਦੀ ਗੱਲ ਪੁੱਛਦੇ ਉਸ ਟਾਈਮ ਉਦੋਂ ਵੀ ਰਾਈ ਤੇ ਕਮਿਆਰ ਹੀ ਸਨ ਚੰਦੜ ਵੀ ਸਨ ਸਹੀ ਸਹੀ ਇਹ ਜਿਹੜੇ ਚੰਦੜ ਨੇ ਨਾ ਹਾਂਜੀ ਇਹ ਵੱਗ ਗਾਈ ਚਾਰ ਦੇ ਲੱਗੇ ਆਏ ਨੇ ਰਾਤ ਰਹਿੰਦੇ ਤੇਰੇ ਕੋਲ ਅੱਗੋਂ ਦੂਜੀ ਮੇਰੇ ਕੋਲ ਭੁੱਖ ਦੇ ਜ਼ਮਾਨੇ ਸਨ ਇੱਥੇ ਆ ਬੈਠੇ ਸਨ ਇੱਥੇ ਸਰਦਾਰ ਗੰਡਾ ਸਿੰਘ ਸੀ ਉਸ ਪਾਸੇ ਉਹ ਪਿੰਡ ਹੁੰਦਾ ਸੀ ਉਸ ਕੋਠ ਬੁਲਾਇਆ ਸੀ ਚਾਰ ਚਫੇਰੇ ਉਸ ਪਿੰਡ ਦੇ ਧਾੜਾਂ ਪੈਂਦੀਆਂ ਸਨ ਆਟਾ ਲੈ ਜਾਣਾ ਦਾਣੇ ਲੈ ਜਾਣੇ ਕੋਈ ਪੈਸੇ ਲੈ ਜਾਣੇ ਭੁੱਖੇ ਜ਼ਮਾਨੇ ਸਨ ਨਹਿਰਾਂ ਕੋਈ ਨਹੀਂ ਸਨ ਘੱਟ ਹੀ ਸਨ ਉਦੋਂ ਫਿਰ ਆਈਆਂ ਨੇ ਮਗਰੋਂ ਹੀ ਸਾਡੇ ਪਿਆਵਾਂ ਦੇ ਵੇਲੇ ਆਈਆਂ ਨੇ ਉਹ ਰਾਤ ਨੂੰ ਦੋ ਬੰਦੇ ਪਹਿਰਾ ਦਿੰਦੇ ਸਨ ਹੈਂਜੀ ਅਤੇ ਉੱਥੇ ਨਾ ਉਹ ਬੁਗਦਰ ਚੁੱਕਦਾ ਸੀ ਸਰਦਾਰ ਗੰਡਾ ਸਿੰਘ ਵਜ਼ਨ ਚੁੱਕਦਾ ਵੇਲੇ ਨਾ ਮਲੈਸ਼ ਕਰਕੇ ਤੇ ਬੁਗਦਰ ਲੱਤਾਂ ਹੀ ਫੇਰ ਕੇ ਤਾਂ ਜੀ ਲੈ ਆਉਂਦਾ ਸੀ ਬਾਬਾ ਪਹਿਲਵਾਨ ਸੀ ਉਹ ਫਿਰ ਨਾ ਉੱਥੋਂ ਦੋ ਮੁੰਡੇ ਆਏ ਨੇ ਚੰਦੜਾਂ ਦੇ ਉਦੋਂ ਦੇ ਕੌਂਤੀ ਆਉਂਦੇ ਸਨ ਨਾ ਉਹ ਇਹਨਾਂ ਬੁਗਦਰ ਵੇਖਿਆ ਤੇ ਉਹਨੇ ਆਖਿਆ ਬੁਗਦਰ ਪਿਆ ਤੇ ਉਹ ਸਰਦਾਰ ਆ ਘਰ ਸੁੱਤਾ ਪਿਆ ਸੀ ਉਸ ਅਗਰ ਰਾਤੀ ਬੁਗਦਰ ਇੱਥੇ ਸੀ ਤੇ ਹੁਣ ਉਹ ਪਿਆ ਉਸ ਆਪਣੇ ਚੌਂਕੀਦਾਰ ਨੂੰ ਆਖਿਆ ਪਤਾ ਕਰ ਕਿਹੜਾ ਬੰਦਾ ਹੈ ਉਹ ਫਿਰਦਾ ਫਿਰਦਾ ਉਹ ਲਾਂਦੇ ਪਾਸੇ ਟੁੱਟ ਜਾਂਦਾ ਹੈ ਉੱਥੇ ਗੱਲ ਥੀ ਨੇ ਪੱਖੀਆਂ ਜਿਵੇਂ ਪੱਖੀ ਵਾਸ ਬਣੇ ਕਲਰਾਂ ਹੀ ਲਾਉਂਦੇ ਨੇ ਟੱਪੀ ਉਹ ਬਹਿ ਗਿਆ ਉਸ ਆਖਿਆ ਬਈ ਤੁਹਾਡੇ ਜੋ ਉਤਲ ਕੋ ਗਿਆ ਹੈ ਉਹ ਦੋ ਮੁੰਡੇ ਆਖਣ ਗਏ ਸੀ ਗਏ ਸਨ ਫਿਰ ਲੱਗੇ ਗਏ ਰਵਾਜੀ ਉੱਥੇ ਬੁਗਦਰ ਦੋ ਪਏ ਸਾਨੂੰ ਇੱਕ ਨੂੰ ਵੇਖਿਆ ਸੀ ਚੁੱਕ ਕੇ
ਉਹ ਆਖਿਆ ਆਊਟ ਰਬਰ ਤੁਹਾਨੂੰ ਸਰਦਾਰ ਸੱਦਦਾ ਹੈ। ਉਹ ਫਿਰ ਉਹਦੇ ਕੋਲ ਟੁੱਟ ਗਿਆ, ਉਹ ਸਕਿਆ ਬੁਗਜ਼ਰ ਚੁੱਕਦੇ ਹੋ, ਉਦੋਂ ਸੀ ਬੰਦਿਆਂ ਦੀ ਲੋੜ, ਲੋਕਾਂ ਦੇ ਹੀ ਸਾਨੂੰ ਕੋਈ ਨਾ ਬੰਦਿਆਂ ਦੀ ਲੋੜ ਸੀ। ਉਹ ਸਕਿਆ ਇੰਨੇ ਕੰਮ ਕਰੋ, ਉਹ ਖੂਹ ਹੈ ਮੇਰਾ ਸਮੁੰਦਰਾ ਜੰਡ ਵਾਲਾ ਉਹਦਾ ਨਾਂ ਹੈ, ਉੱਥੇ ਜਾ ਕੇ ਪੱਖੀਆਂ ਲਾ ਲਓ ਅਤੇ ਉਹ ਖੂਹ ਸਾਫ਼ ਕਰ ਲਓ, ਇਹ ਸੀ ਗੱਲ। ਅਤੇ ਅੱਧ ਸੇਮ ਦੇ ਉੱਤੇ ਖੂਹ ਸੀ, ਉਹ ਸਕਿਆ ਵੀ ਇੱਥੋਂ ਅੱਧ ਹੀ ਲੈ ਲਓ, ਜਦੋਂ ਅਸਲੀ ਮਾਲਕ ਆਵੇਗਾ ਨਾ ਉਸ ਵੇਲੇ ਉੱਠ ਕੇ ਟੁੱਟ ਗਿਆ ਜੀ ਬਸ। ਉਹਨਾਂ ਫਿਰ ਉੱਥੇ ਆਬਾਦ ਕੀਤਾ ਅਤੇ ਉਹ ਭੇਤੀ ਹੋ ਗਏ, ਉਹ ਵੀ ਪਿੰਡ ਆ ਗਏ। ਹਾਂਜੀ ਉਹ ਹੁਣ ਤਾਂ ਨਹੀਂ, ਉਹ ਵਾਹੀ ਨਾਂ ਹੀ ਲੱਗ ਗਈ ਇਹਦੀ, ਉਹ ਸਾਰਾ ਉਹ ਡੇਰੇ ਸਾਰਾ ਖੂਹ ਜਿਹੜਾ ਸੀ ਉਹ ਫਿਰ ਵੰਡ ਵੁੰਡ ਲਿਆ ਭਰਾਵਾਂ ਨੇ ਅੱਗੋਂ। ਅੱਛਾ ਜੀ, ਅਤੇ ਇਹ ਦੱਸੋ ਪਿੰਡ ਮੇਲਾ ਸ਼ੇਲਾ ਵੀ ਲੱਗਦਾ ਸੀ ਉਸ ਵੇਲੇ? ਉਸ ਵੇਲੇ ਗੁਰਦੁਆਰੇ ਮੇਲਾ ਲੱਗਦਾ ਸੀ, ਹਾਂ ਕੁਜਰਾਂ ਵਾਲੇ ਮੁੰਡੇ ਆਉਂਦੇ ਨੇ ਘੁੰਮਣ ਵਾਸਤੇ, ਲਾਹੌਰੋਂ ਆ ਜਾਂਦੇ ਸਨ, ਸਾਉਣ ਦੀ ਸੱਤਵੀਂ ਛੇਵੀਂ ਅਤੇ ਸੱਤਵੀਂ ਦੋ ਡੰਗ ਬੜਾ ਮੇਲਾ ਲੱਗਦਾ ਸੀ ਲਾਂਦੇ ਪਾਸੇ ਜਿੱਥੇ ਗੁਰਦੁਆਰਾ ਲੱਗਾ ਹੈ, ਇਹਦੂ ਲਾਂਦੇ ਖਾੜੇ ਬਾਜਦਾ ਸੀ, ਉਹ ਦੂਜੇ ਮੇਲੇ ਕੋਲ ਨਹੀਂ ਸਨ। ਕਿ ਦੁਆ ਮੰਗੀ ਸ਼ਾਮ ਨੂੰ ਪੀਰਾਂ ਫਕੀਰਾਂ ਅਤੇ ਬਹਿ ਗਿਆ, ਇਹ ਮੇਲਾ ਲੱਗਦਾ ਸੀ। ਰਹਿਣ ਸਹਿਣ ਕਿਵੇਂ ਦਾ ਸੀ ਮੁਸਲਮਾਨਾਂ ਨਾਲ ਸਿੱਖਾਂ ਦਾ? ਹਾਂਜੀ ਤੁਹਾਡਾ ਸਿੱਖਾਂ ਨਾਲ ਰਹਿਣ ਸਹਿਣ ਕਿਵੇਂ ਦਾ ਸੀ? ਲੈਣ ਦੇਣ ਸੀ ਕਿ ਵਿਆਹ ਸ਼ਾਦੀ 'ਚ ਜਾਂਦੇ? ਵਿਆਹ ਸ਼ਾਦੀ 'ਚ ਜਾਂਦੇ, ਦੁੱਧ ਲਈ ਜਾਂਦੇ ਸਾਂ। ਉਦੋਂ ਦੀਆਂ ਕੋਈ ਵਿਆਹ ਖਾਧਾ ਤੁਸੀਂ ਉਸ ਵੇਲੇ? ਰੋਟੀ ਉਹ ਦਿੰਦੇ ਹਨ ਕੱਚੀ, ਬਸ ਕਿੰਨਾ ਕੁਝ ਤਾਂ ਲੈਣੇ, ਸਹੀ ਆਟਾ ਕਿੰਨਾ ਲੈਣੇ, ਦਿਲ ਕੀਤਾ ਤਾਂ ਲੈ ਲੈਣ, ਦਿਲ ਕੀਤਾ ਆਖਿਆ ਪੁਰਬਾਜ ਬਈ ਟੁੱਕਰ ਬੜਾ ਸਾਡੇ ਕੋਲ, ਅਸੀਂ ਆਏ ਹਾਂ ਧੀਆਂ ਨੂੰ ਵਧੀਆ ਕਰਨ। ਅੱਛਾ ਅੱਛਾ ਅੱਛਾ, ਅਸੀਂ ਆਮ ਟੁੱਕਣੀ ਡੀ ਵੇਲੇ ਅਤੇ ਜੋ ਸਿੱਖ ਸੀ ਕੱਪੜੇ ਇਸ ਤਰ੍ਹਾਂ ਪਾ ਕੇ ਨਾ ਅਤੇ ਆ ਕੇ ਤੇ ਰਮਾਨ ਨਾਲ ਅੱਗੇ ਖਲੋ ਜਾਣੇ, ਬਸ ਖਲੋ ਕੇ ਅਤੇ ਜੰਜ ਬਹਿ ਜਾਣੀ, ਉਹਨੇ ਪਛਾੜ ਜਾਣਾ। ਅਤੇ ਹੁਣ ਤਾਂ ਗੰਦੀ ਪਈ ਹੈ, ਚਲੋ ਚੱਲ ਚਲੋ ਚੱਲ ਅਸੀਂ ਬਰਾਤਾਂ ਦੋ ਦੋ ਦਿਨ ਰੁਕਦੀਆਂ ਹੁੰਦੀਆਂ ਸੀ। ਹਾਂ ਬਰਾਤਾਂ ਦੋ ਦੋ ਦਿਨ ਰੁਕਦੀਆਂ ਹੁੰਦੀਆਂ ਸੀ, ਇੱਕ ਡੰਗ ਇੱਕ ਡੰਗ ਰੁਕਦੀ ਸੀ, ਡਿਗਰੇ ਪੇਸ਼ੀ ਵਾਲੇ ਆ ਗਈ ਵੱਡੇ 12 ਵਜੇ ਰੋਟੀ ਖਾ ਕੇ ਟੁੱਟ ਜਾਂਦੀ ਸੀ। ਅੱਛਾ ਜੀ, ਉਹਨਾਂ ਦੀ ਵੀ ਸਾਡੀ ਵੀ ਹੋਵੇ। ਹੁਣ ਮੈਨੂੰ ਦੱਸੋ ਜਦੋਂ 47 ਦੀ ਵੰਡ ਹੋਈ ਉਦੋਂ ਕਿੱਦਾਂ ਪਤਾ ਲੱਗਾ ਕਿ ਬਈ ਇਹ ਸਿੱਖਾਂ ਨੇ ਇੱਥੋਂ ਟੁਰ ਜਾਣਾ ਅਤੇ ਇੱਥੇ ਹੁਣ ਪਾਕਿਸਤਾਨ ਬਣ ਗਿਆ? ਤੁਹਾਡੇ ਬਜ਼ੁਰਗਾਂ ਨੂੰ ਜਾਂ ਉਹਨਾਂ ਨੂੰ? ਮੈਂ ਵਿਆਹ ਸੁਣਾਉਣਾ, ਮੇਰੇ ਪਿਓ ਆਉਂਦਾ ਸੀ ਖਾਲ ਨਹਿਰ ਦੇ ਪਾਣੀ ਲਾਇਆ ਸਾਨੂੰ, ਹਾਂਜੀ ਉਹ ਉਹਨਾਂ ਕੋਲੋਂ ਲੰਘ ਗਿਆ ਇਸ ਤਰ੍ਹਾਂ ਅਤੇ ਮੋਗਾ ਵੇਖ ਉਦੋਂ ਵੱਗੇ ਪਿਆ, ਫਿਰ ਪਿੱਛੇ ਹਟਿਆ ਤਾਂ ਉਸ ਆਖਿਆ ਚੌਧਰੀ ਮੇਰੀ ਗੱਲ ਸੁਣ ਜਾ, ਉਸ ਆਖਿਆ ਆਇਆ ਉਹ ਬਹਿ ਗਏ ਮੰਜੀਆਂ 'ਤੇ, ਉਸ ਆਖਿਆ ਮੇਰੀ ਕਿਤਾਬ ਜਿਹੜੀ ਹੈ ਨਾ ਉਹ ਇਹ ਗੱਲ ਦੱਸਦੀ ਜਿਹੜੀ ਮੈਂ ਪੜ੍ਹਨਾ ਪਿਆ ਮੇਰੇ ਕੋਲ, ਇਹ ਆਉਂਦੀ ਇੱਕਦਮ ਸਾਡੀ ਜੁਦਾਈ ਹੋ ਜਾਣੀ। ਦੋਨੇ ਇੱਕ ਮੁਸਲਮਾਨ ਸੀ ਤੁਹਾਡੇ ਭਾਈ, ਕੀ ਗੱਲਾਂ ਕਰਨੇ? ਉਸ ਕਿਹਾ ਮੈਂ ਨਹੀਂ ਕਰਦਾ, ਮੈਂ ਪੜ੍ਹਿਆ ਵੇਨਾ। ਉਸ ਕਿਹਾ ਇਹ ਕਿਤਾਬ ਜੀ ਇੱਕ ਦਿਹਾੜੀ ਜੁਦਾਈ ਹੋਣੀ, ਉਹ ਕੋਈ 2 ਸਾਲ ਲੰਘੇ 4 ਲੰਘੇ ਚੱਲ ਹਫੜੀ ਫਿਰ ਆਉਣੀ ਪੈ ਗਈ ਸੀ, ਇਹ ਜਿਹੜੇ ਪੜ੍ਹੇ ਸਨ ਅਤੇ ਜਿਹੜੇ ਸਿਆਣੇ ਸਨ ਉਹ ਬਹਿ ਜਾ ਪੁੱਤਰ ਹੀ ਤਲਾ ਕੇ ਲੈ, ਅਤੇ ਹੁਣ ਬਾਈ ਕੀ ਆ ਜਰਾ ਹੁਕੇ ਨੂੰ ਰਹਿਣ ਦਿਓਗੇ, ਉਹ ਪੀਣ ਦਿਓ ਪੀਣ ਦਿਓ ਪੀਓ ਪੀਓ, ਗੱਲ ਮੂੰਹ ਨਾ ਖੰਡੀ ਚੱਲ ਗਿਆ। ਅੱਛਾ ਜੀ, ਅਤੇ ਤੁਹਾਡੀ ਤਸਵੀਰ 'ਚ ਆਉਂਦੀ ਹੋਈ 47 ਦੀ ਜਦੋਂ ਵੰਡ ਹੋਈ, ਸਿੱਖ ਇੱਥੋਂ ਸਾਰੇ ਸਹੀ ਸਲਾਮਤ ਨਿਕਲੇ ਨੇ? ਸਹੀ ਸਲਾਮਤ ਥੋੜ੍ਹੀ ਮੈਂ ਦੱਸਣਾ ਨਾ, ਆਹ ਵੀ ਪਿੰਡ ਸੀ ਆਹ ਵੀ ਸੀ, ਇੱਥੇ ਵਾਲੇ ਅੰਜ ਲੱਗੇ ਆਉਂਦੇ ਨੇ ਜੱਫੇ ਮਾਰਦੇ ਨੇ ਅਤੇ ਰੋਈ ਆਉਂਦੇ ਰੋਂਦੇ ਪੈਣ, ਆਹ ਇੱਥੇ ਵਾਲੇ ਉੱਤਲ ਲੱਗੇ ਜਾਂਦੇ ਨੇ
ਉਹ ਜਿੱਥੇ ਮਾਰਦੇ ਨੇ ਉਹ ਖੋਰੇ ਆਉਣਾ ਇੱਕ ਨਹੀਂ ਆਉਣਾ ਫਿਰ ਵੇਖੀਏ ਹੈਂ ਅਤੇ ਸਿਰਫ ਇੱਕੋ ਉੱਥੇ ਹੋਇਆ ਝਗੜਾ ਸ਼ੇਰੇ ਕੋਠੀਏ ਦਾ ਉਹ ਵੀ ਜਿਹੜੇ ਨਾ ਰੰਡੇ ਉਹ ਕਰਦੇ ਸਨ ਉਹਨਾਂ ਨੇ ਕੀ ਕੀਤਾ ਸ਼ੇਰੇ ਕੋਟੇ ਵਾਲਿਆਂ ਨੇ ਸ਼ੇਰੇ ਕੋਟਿਆਂ ਨੇ ਇਹ ਹੀ ਰੰਡੇ ਸਨ ਅਤੇ ਬਕਵਾਸ ਕਰਦੇ ਸਨ ਉਹ ਪਾਣੋਗੇ ਨੇੜੇ ਸਨ ਉਹਨਾਂ ਘੋੜੀ ਭਜਾਈ ਅਤੇ ਪੁਲਿਸ ਉੱਥੋਂ ਆ ਗਈ ਉਹਨਾਂ ਕੋਲ ਸੀ ਸਟੀਲ ਗਨ ਉਹ ਚੱਲਦੀ ਨਹੀਂ ਸੀ ਉਹਦੀ ਅੰਮ੍ਰਿਤਸਰ ਸਨ ਉਹ ਜਿਵੇਂ ਮੁੰਡੇ ਦੱਸਿਆ ਸੀ ਵੀ ਇੱਕ ਕੌਲਵਾਲ ਦਾ ਸੀ ਲਟੈਰ ਫੌਜੀ ਇੱਕ ਠਾਣੇਦਾਰ ਸੀ ਉਹ ਉੱਥੇ ਆਪਣੇ ਨੇ ਉਹਨਾਂ ਕੋਲ ਨਹੀਂ ਚੱਲੀ ਉਹਨਾਂ ਜਲਾਲ ਵੀ ਨਹੀਂ ਇੱਕੋ ਗੇੜਾ ਦਿੱਤਾ ਹੈ ਤੋ ਮੀਲਾਂ ਤਾਣੀ ਅਗਾਂ ਹਰਸ਼ਾ ਮਰ ਗਈ ਸੀ ਉੱਥੇ ਪਈ ਰਹੀ ਹੈ ਫਿਰ ਸਿੱਖਾਂ ਦੇ ਬੰਦੇ ਮਰੇ ਸੀ ਸਿੱਖਾਂ ਦੇ ਮੁਸਲਮਾਨ ਤਾਂ ਗਏ ਕੋਈ ਨਹੀਂ ਸੀ ਉੱਥੇ ਵੇਖੋ ਨਾ ਸਾਡੇ ਜਿੰਦ ਵੀ ਅਸੀਂ ਤਗੜੇ ਹਾਂ ਸਾਡੇ ਕੋਲ ਸਾਰਿਆਂ ਪਿੰਡਾਂ ਆ ਜਾਣੇ ਉਹ ਚੌਧਰੀ ਔਰ ਚਲੋ ਕਿਤੇ ਸਾਹ ਨਿਕਲ ਜਾਏਗਾ ਨਿਕਲੀ ਅਤੇ ਜੇ ਚੌਧਰੀਆਂ ਕੋਲ ਹਰਸ਼ਾ ਮਰ ਜਾਏ ਤੇ ਉਹ ਜਿਹੜੇ ਆਪ ਤਾਂ ਟੁਰ ਗਏ ਅਤੇ ਇੱਕ ਅੱਧਾ ਰੱਖੇ ਉਹਨੇ ਤਾਂ ਉਹ ਇੱਥੇ ਮਰ ਗਏ ਉਹ ਥਾਣੇਦਾਰ ਲੁੱਟ ਕੇ ਲੈ ਗਿਆ ਉਹ ਜਗ੍ਹਾ ਪਿੱਤਲ ਥਾਣੇਦਾਰ ਨੇ ਮਾਰ ਦਿੱਤੇ ਫਿਰ ਸਾਰੇ ਉਹ ਰਿਟਾਇਰ ਫੌਜੀ ਮਾਰੇ ਸਨ ਉਹ ਵੀ ਸਿੱਖ ਹੀ ਸਨ ਨਹੀਂ ਘੁਮਿਆਰ ਸੀ ਨਹੀਂ ਤੁਹਾਡੇ ਪਿੰਡ ਦੇ ਜਿਹੜੇ ਗਏ ਨੇ ਸਿੱਖ ਉਹ ਫਿਰ ਸਹੀ ਸਲਾਮਤ ਗਏ ਨੇ ਇੱਥੋਂ ਇੱਥੇ ਆਏ ਵੀ ਨਹੀਂ ਗਏ ਉੱਕਾ ਸਹੀ ਸਲਾਮਤ ਫਿਰ ਬਾਅਦ 'ਚ ਆਉਂਦੇ ਵੀ ਰਹੇ ਨੇ ਵੇਖੋ ਨਾ ਹਜੇ ਤਾਂ ਆਉਂਦੇ ਨੇ ਆਹ ਮੇਰੇ ਆਹ ਬੰਦਾ ਹੈ ਹਾਂਜੀ ਮੈਂ ਇਹਨੂੰ ਕੁੰਜੀਆਂ ਦੇ ਕੇ ਲਿਆ ਹੋਏ ਆਹ ਘਰ ਦੀਆਂ ਕੁੰਜੀਆਂ ਧਿਆਨ ਰੱਖੀ ਸਾਈਆਂ ਨੂੰ ਇਹ ਗੱਲ ਆਖੀ ਆ ਮਾਲ ਡੰਗਰ ਸਾਂਭੋ ਪੈ ਦਸ ਡੰਗ ਪੰਦਰਾਂ ਡੰਗ ਖੱਜਲ ਹੋ ਕੇ ਸਾਂ ਹੀ ਜਾਣਾ ਉਹਨਾਂ ਨੂੰ ਇਹ ਸੀ ਕਿ ਅਸੀਂ ਵਾਪਸ ਆਉਣਾ ਆ ਜਾਣਾ ਜਿਸ ਵੇਲੇ ਗੱਲ ਨੇ ਸੱਚੇ ਸੌਦੇ ਉਹ ਵੱਡਾ ਕੰਪ ਸੀ ਉਹ ਫਿਰ ਪੀਪਾ ਨਾ ਦੱਖਣ ਵਾਲਾ ਪਾਸੇ ਉਹ ਖੜਕਦਾ ਲਗਾ ਆਉਂਦਾ ਪੀਪਾ ਤੋ ਕਿੱਥੇ ਸਾਨੂੰ ਉਸ ਲਿਜਾਣੇ ਨਾਲ ਉਹ ਜੋ ਜੋ ਅਗਾਂਹ ਆਵੇ ਨਾ ਪਿਛਲੇ ਸੌਂਦੇ ਜਾਣ ਇੱਥੇ ਸਿੱਖ ਆਇਆ ਸੀ ਉਹ ਦੱਸਦਾ ਸੀ ਆਉਂਦਾ ਸੀ ਰੋਟੀਆਂ ਨਾ ਤਲਿਆਂ 'ਤੇ ਸੜ ਗਈਆਂ ਕੋਲਾ ਹੋ ਗਈਆਂ ਜਦ ਸੁਣਿਆ ਨਾ ਹਿੰਦੁਸਤਾਨ ਉੱਤਲ ਬਣ ਗਿਆ ਇੱਧਰ ਪਾਕਿਸਤਾਨ ਬਣ ਗਿਆ ਅਤੇ ਉਹ ਬਸ ਫਿਰ ਗੱਡੀਆਂ ਗੱਡੀਆਂ ਭਰ ਭਰ ਕੇ ਤਾਂ ਲਈ ਜਾਂਦੇ ਹਨ ਪਿੱਛੇ ਲੈ ਗਏ ਉਹਨਾਂ ਨੂੰ ਉੱਥੋਂ ਇੱਥੇ ਲਾ ਗਏ ਉੱਥੋਂ ਉਸ ਟਾਈਮ ਯਾਰ ਬੇਲੀ ਹੈ ਸਨ ਆਹੋ ਕੌਡੀ ਖੇਡਦੇ ਸਨ ਭੱਜਦੇ ਪੁੱਜਦੇ ਸਕੂਲੇ ਵੀ ਜਾਂਦੇ ਸਨ ਉਹਨਾਂ ਦੇ ਨਾਂ ਯਾਰ ਨੇ ਜਿਹੜੇ ਸਕੂਲੇ ਪੜ੍ਹਦੇ ਸਨ ਤੁਹਾਡੇ ਨਾਲ ਖੋਰੇ ਹੁਣ ਕਿੱਥੇ ਗਏ ਨੇ ਕਿੱਥੇ ਨੂੰ ਸਾਡਾ ਨਹੀਂ ਉਹਨਾਂ ਨੂੰ ਪਤਾ ਤੂੰ ਮੁੰਡੇ ਛੁੰਡੇ ਸਨ ਉਹਨਾਂ ਵਿੱਚੋਂ ਕੋਈ ਨਹੀਂ ਆਇਆ ਵਾਪਸ ਉਹਨਾਂ ਜਦੋਂ ਕੋਈ ਬਾਹਮਣ ਆਇਆ ਇੱਥੇ ਹਾਂਜੀ ਉਹਨਾਂ ਮਨਜ਼ੂਰੀ ਉੱਥੋਂ ਕਰਾ ਕੇ ਪਾਸਪੋਰਟ ਬਣਵਾ ਕੇ ਅਤੇ 500 ਬੰਦਾ ਇਸ ਗੁਰਦੁਆਰੇ ਆਇਆ ਸੀ ਇਸ ਗੁਰਦੁਆਰੇ ਆ ਸਾਡੇ ਦਾਦੇ ਆਖਿਆ ਸੀ ਲੱਖ ਰੁਪਈਆ ਮੈਂ ਦੇਣਾ ਵਾਂ ਉਹ ਬਜ਼ਾਰੇ ਪੈ ਗਏ ਅਤੇ ਇੱਥੋਂ ਲੰਘ ਜਦੋਂ ਘੁੰਮਦਾ ਖਮਜ਼ੀਨਾ ਆਡਰ ਹੀ ਨਹੀਂ ਲੰਘਣ ਨਹੀਂ ਦਿੱਤਾ ਨਾ ਗੁਰਦੁਆਰੇ ਜਾਣਾ ਤੂੰ ਤੇਰੇ ਤੂੰ ਰੋਟੀਆਂ ਨਹੀਂ ਜਾਣਦਾ ਨਾ ਅੱਠ ਪਰ ਜੁੜਾਏ ਸਨ ਅਸੀਂ ਰੋਟੀ ਦਿੰਦੇ ਸਾਂ ਮੈਂ ਤਰਲਾ ਮਾਰਿਆ ਤੇਰਾ ਉਹ ਮੈਨੂੰ ਵੀ ਨਾਲ ਲੈ ਚੱਲ ਕਿਸੇ ਨੂੰ ਮਿਲੀ ਪਵੀ ਆਪਣੇ ਪਿੰਡਿਆਂ ਨੂੰ ਤਾਂ ਜਾਣ ਦਿੰਦੇ ਨੇ ਤੇ ਨਹੀਂ ਸਾਨੂੰ ਜਾਣ ਦਿੰਦੇ ਬੂਹੇ ਦੇ ਕੇ ਪੁਲਿਸ ਆਹ ਵੀ ਸ਼ਰਗ ਪੁਲਿਸ ਨੇ ਮੱਲੀ ਸੀ ਝਾਲ ਤਾਂ ਨਾਰ ਤਾਂ ਨਹੀਂ ਅਤੇ ਇੱਕ ਉਪਾਇਆ ਹੁੰਦਾ ਨੁਕਸਾਨ ਨਾ ਉੱਥੇ ਨਹੀਂ ਬਾਅਦ 'ਚ ਫਿਰ ਜਿਹੜੇ ਆਉਂਦੇ ਸਰ ਪਰਮਣ ਤੇ ਉਹ ਪੂਰੇ ਪਿੰਡ ਉਹ ਮਗਰੋਂ ਫਿਰ ਆਏ ਨਹੀਂ ਗਏ ਪਹਿਲਾਂ ਉਹ ਹੀ ਆਏ 500 ਆਏ ਸਿੱਖ ਉਹ ਸਾਡਾ ਖੂਹ ਮੋਕਲਾ ਉੱਥੇ ਘੋੜੀਆਂ ਬੰਦ ਹੁੰਦੇ ਸਨ ਅਤੇ ਆ ਮਸ਼ਹੂਰ ਕਿਹੜੇ ਕਿਹੜੇ ਖੂਹ ਸਨ ਪਿੰਡ ਦੇ ਹਾਂ ਪਿੰਡ ਦੇ ਮਸ਼ਹੂਰ ਕਿਹੜੇ ਕਿਹੜੇ ਖੂਹ ਸਨ ਪਿੰਡ ਦੇ ਮਸ਼ਹੂਰ ਜਿਹੜੇ ਡੇਰੇ ਚੱਲਦੇ ਸਨ ਜਿਹੜੇ ਰੋਈ ਵਾਲੇ ਚੱਲਦੇ ਸਨ ਉਹ ਕਿਹੜੇ ਕਿਹੜੇ ਡੇਰੇ ਸਨ ਡੇਰੇ ਖੂਹ ਤਾਂ ਸਾਰੇ ਚੱਲਦੇ ਸਨ ਉਸ ਵੇਲੇ ਉਹਨਾਂ ਦੇ ਨਾਮ ਹੈ ਸੀ ਕੋਈ ਪੁੱਛਦੇ ਨੇ ਜੰਡ ਵਾਲਾ ਲਿਖ ਲੈ ਹਾਂਜੀ ਰੋਈ ਵਾਲਾ ਲਿਖ ਲੈ ਪਿੱਪਲ ਵਾਲਾ ਲਿਖ ਲੈ ਕਿੱਕਰ ਵਾਲਾ ਲਿਖ ਲੈ ਇੱਕ ਮਿਸਾਲ ਹੈ ਟਿੱਬੇ ਦੀ ਟਾਹਲੀ ਸੀ ਉਹ ਕਿੱਲੇ ਹੀ ਸੀ ਖਲੀ ਉੱਤੇ ਟਿੱਬੇ ਤੋਂ ਟਿੱਬੇ ਵਾਲਾ ਖੂਹ ਉਹ ਟਿੱਬੇ ਦਾ ਖੂਹ ਸੀ ਅੱਗੇ ਸੁਨਿਆਰਿਆਂ ਵਾਲਾ ਕਰ ਲੈ ਅੱਗੇ ਭਾਣੋ ਕੇ ਕਰ ਲੈ
ਖੂਹਾਂ ਦੀ ਗੱਲ ਕਰਦੇ ਨੇ ਆਪਣੇ ਪਿੰਡ ਦਿਆਂ ਦੀ ਜਿਹੜਾ ਸੁਨਿਆਰ ਆ ਸਾਡੇ ਬਸੀਏ ਨਾਲ ਹੀ ਹੈ ਕੌਲ ਵਾਲੇ ਦਾ ਪਿੰਡ ਦਾ ਵੱਡਾ ਖੂਹ ਵੱਡਾ ਖੂਹ ਹੈ ਮਾਈ ਵਾਲਾ ਹੈ ਆ ਬਾਗ ਵਾਲਾ ਖੂਹ ਹੈ ਇਹ ਸਾਰੇ ਜਿਹਨੇ ਖੂਹਾਂ ਦੇ ਨਾਂ ਦੱਸੇ ਨੇ ਸਿੱਖਾਂ ਕੋ ਹੁੰਦੇ ਸਨ ਇਹ ਸਿੱਖਾਂ ਦੇ ਸਨ ਸਿੱਖਾਂ ਦੇ ਸਨ ਆ ਉਹ ਕਿੱਕਰ ਵਾਲਾ ਉਹ ਵੀ ਸਿੱਖਾਂ ਦਾ ਰੋਈ ਵਾਲਾ ਨਹੀਂ ਸੀ ਸਿੱਖਾਂ ਦਾ ਜਾਂਡੇ ਵਾਲਾ ਨਹੀਂ ਸੀ ਸਿੱਖਾਂ ਦਾ ਇਹਨੇ ਦੋ ਘਰਾਂ ਦੇ ਇਹ ਪਾਲੀਆਂ ਛੇਕੇ ਦੇਖਦਾ ਆਪ ਇੱਥੇ ਪਿੰਡੀ ਬੰਨਦੇ ਸਨ ਪਰ ਪੁਆਇੰਟ ਸਿੱਖਾਂ ਦੀ ਲਾਂਦੇ ਵੀ ਬੜੀ ਸੀ ਸਿੱਖਾਂ ਨੂੰ ਪੜ੍ਹਨ ਲਗਾਏ ਨੇ ਇਹਨਾਂ ਮੁਸਲਮਾਨਾਂ ਨੇ ਠਾੜੀਆਂ ਨੇ ਜਿਹੜੇ ਇਥੋਂ ਗਏ ਨੇ ਤੁਸੀਂ ਰੱਖੇ ਨੇ ਇਹ ਤਾਂ ਦੂਜੀਆਂ ਕੌਮੇ ਪਾਈਆਂ ਨੇ ਦੋ ਤਰੈਵਲ ਤੋਂ ਉੱਥੇ ਜਾ ਕੇ ਲੜੇ ਨੇ ਸਿੱਖ ਉੱਥੇ ਚੋਰ ਹਿੰਦੁਸਤਾਨ ਵਿੱਚ ਉਹਨੇ ਸਾਨੂੰ ਅੱਗੇ ਲਈ ਚੱਲੋ ਉਹਨਾਂ ਨੇ ਕਾਹਦੇ ਲਈ ਅੱਗੇ ਖੱਤਰੀ ਦਾ ਹੀ ਹੋਰ ਹੈ ਜਿਹਨਾਂ ਦਾ ਹਿੰਦੁਸਤਾਨ ਬਣਿਆ ਹੈ ਹਾਂ ਇਹਨਾਂ ਦਾ ਹੱਥ ਪਹਿਲਾਂ ਕੁਝ ਨਹੀਂ ਸਿਰੇ ਭੋਏ ਜੁੜੀ ਹੀ ਨੇ ਅਤੇ ਆਪਣਾ ਬੰਨਦੇ ਨੇ ਖਾਂਦੇ ਨੇ ਪਏ ਸਿੱਖਾਂ ਦਾ ਹੱਥ ਪਹਿਲਾਂ ਕੁਝ ਨਹੀਂ ਹੋਰ ਪਹਿਲਾਂ ਇੱਥੇ ਛੱਪੜ ਵੀ ਆਇਆ ਸੀ ਤੁਹਾਡੇ ਪਿੰਡ ਦੇ ਵਿੱਚ ਹਾਂ ਕੋਟ ਹੋਇਆ ਸੀ ਮਾੜੀਆਂ ਵਕਤਾਂ ਚ ਉਹਨੂੰ ਖੋਇਆ ਮਈ ਹੁੰਦੀ ਸੀ ਗੁਰਚਰਨ ਸਿੰਘ ਤੇ ਮੂਲਾ ਸਿੰਘ ਇਹਨਾਂ ਦੇ ਘਰ ਕਿਹੜੀ ਸਾਈਡ ਤੇ ਸਨ ਲੂਲਾ ਸਿੰਘ ਵੀ ਪਰਲੇ ਪਿੰਡ ਗੁਰਚਰਨ ਸਿੰਘ ਵੀ ਪਰਲੇ ਪਿੰਡ ਤੇਰੀ ਕੰਡ ਮੋਰ ਪਿੰਡ ਪਰਾਂ ਹੈ ਮਸੀਤ ਕੋਲ ਜਾਓਗੇ ਤਾਂ ਅੱਗੇ ਵੱਖਰਾ ਹੋ ਜਾਂਦਾ ਵਿੱਚੋਂ ਕਿ ਵੇਲੀਆਂ ਪੈ ਗਈਆਂ ਇਹਨਾਂ ਹਾਂ ਛੱਪੜ ਇਹਨਾਂ ਦੇ ਪੁਰਾਣੇ ਦੂਸਰਾ ਘਰ ਹੈ ਨਾ ਇੱਥੇ ਤੇ ਇਹਨਾਂ ਮੁਸਲਮਾਨ ਇਹਨਾਂ ਜਿਹੜੇ ਆਏ ਨੇ ਉਹਨੇ ਲਏ ਨੀ ਗਏ ਪੁਰਾਣੇ ਉਸ ਟਾਈਮ ਕੱਚੇ ਘਰ ਸਨ ਕਿ ਪੱਕੇ ਘਰ ਸਨ ਮੱਥੇ ਪੱਕੇ ਸਨ ਮਰ ਕੇ ਅੱਛਾ ਜੀ ਹਾਂ ਪਿੱਛੇ ਕੋਲੀਆਂ ਕੱਚੀਆਂ ਹੁੰਦੀਆਂ ਨੇ ਦੋ ਇੱਕ ਹੋਵੇ ਹੁਣ ਯਾਦ ਆਉਂਦੀ ਕਦੀ ਆਪਣੇ ਪੁਰਾਣੇ ਵਕਤਾਂ ਦੀ ਆਪਣੇ ਯਾਰ ਬੇਲੀਆਂ ਦੀ ਨਹੀਂ ਜਿਹੜਾ ਸਾਡਾ ਪੋਚ ਹੈ ਨਾ ਇਹਦਾ ਮੈਨੂੰ ਕੋਈ ਨਹੀਂ ਯਾਦ ਉਦੋਂ ਦੇ ਪਿਆਵਾਂ ਦਾ ਯਾਦ ਹੈ ਅੱਛਾ ਜੀ ਹਾਂ ਉਦੋਂ ਤੁਹਾਡੇ ਇੱਥੇ ਕੋਈ ਐਵੇਂ ਦਾ ਬਹਿਣ ਦਾ ਉੱਠਣ ਦਾ ਕਿੱਥੇ ਰਿਵਾਜ ਹੁੰਦਾ ਸੀ ਕਿਹੜੀ ਜਗ੍ਹਾ 'ਤੇ ਬਹਿੰਦੇ ਹੁੰਦੇ ਸੀ ਸਾਰੇ ਬਜ਼ੁਰਗ ਬੇਲੀਆਂ ਦੇ ਵਿੱਚ ਬਹਿੰਦੇ ਸੀ ਡੇਰਿਆਂ 'ਤੇ ਬਹਿੰਦੇ ਸੀ ਆਪੋ ਆਪਣੇ ਪਾਸੇ ਬੇਲੀਆਂ 'ਚ ਆਖੋ ਨਾ ਜਾਂ ਡੇਰੇ 'ਚ ਆਖੋ ਡੇਰਾ ਸਾਡਾ ਉਹ ਸੀ ਆਪਣੇ ਵਗਦੀ ਸੀ ਉਦੋਂ ਹਾਂਜੀ ਡੇਰਾ ਸਾਡਾ ਉਹ ਤੇਰੀ ਕੰਡ ਪਿੱਛੇ ਦੇ ਪਰਾਂ ਅੱਛਾ ਜੀ ਜਿੱਥੇ ਕੌਂਸਲ ਬਣੇ ਉਹ ਕੌਂਸਲ ਬਣ ਗਈ ਹੈ ਨਾ ਉਦੋਂ ਤੋਂ ਉਹ ਡੇਰਾ ਫਿਰ ਅੱਗੋਂ ਖਿੱਲਰ 'ਚ ਗਏ ਗਏ ਇੱਥਲੇ ਭਰਾ ਗਏ ਅਸੀਂ ਇੱਥਲੇ ਹੋ ਗਏ ਉਹ ਉੱਥਲੇ ਦੂਜੇ ਚਾਚਿਆਂ ਦੇ ਪੁੱਤਰ ਹਾਂ ਇਹ ਪਿੰਡ ਦੇ ਵਿੱਚ ਫਿਰ ਕਿੱਥੋਂ ਆ ਕੇ ਲੋਕ ਆਬਾਦ ਹੋਏ ਇਹ ਇਤਨੀ ਆਏ ਨੇ ਇੰਡੀਆ ਤੋਂ ਹਾਂ ਅੰਮ੍ਰਿਤਸਰੋਂ ਆ ਗਏ ਉਹਦੇ ਉੱਪਰ ਨੂੰ ਆ ਜਾਂਦੇ ਆ ਕੇ ਜਿਨ੍ਹਾਂ ਨੂੰ ਕੈਦ ਸੀ ਪਹਿਲਾਂ ਨਿਕਲਾਏ ਨੇ ਹੁਣ ਕਿਹੜੀ ਕਿਹੜੀ ਕੌਮਾਂ ਆਬਾਦ ਨੇ ਇਸ ਪਿੰਡ ਦੇ ਵਿੱਚ ਮਟੂ ਭਾਈ ਇਸ ਪਿੰਡ ਦੇ ਗਲੀਆਂ ਨਹੀਂ ਜਾਂਦੀਆਂ ਦੱਸ ਆ ਸ਼ਹੀਦਿਆ ਤੂੰ ਦੱਸੋ ਤੁਸੀਂ ਦੱਸੋ ਜੀ ਤੁਹਾਡਾ ਇੰਟਰਵਿਊ ਲੈਣਾ ਘੁਮਿਆਰ ਚੰਦੜ ਮਟੂ ਘੁਮਿਆਰ ਕੌਮ ਇੱਕ ਚੰਗੀ ਹੈ ਰਾਈ ਕੌਮ ਚੰਗੀ ਹੈ ਚੰਦੜ ਚੰਗੇ ਨੇ ਚੋਖੇ ਨੇ ਹੈਂਜੀ ਮਟੂ ਨੇ ਅਸੀਂ ਇਹ ਚਾਰ ਤੇ ਕੌਮਾਂ ਸਨ ਪੁਰਾਣੀਆਂ ਹੁਣ ਦੀ ਗੱਲ ਤੇ ਫਿਰ ਰਾਣੀ ਆਏ ਨੀ ਚੋਖੇ ਜਿਹੜਾ ਤਿੰਨ ਮੈਂ ਦੱਸਣਾ ਮੇਰੇ ਤੋਂ ਵੱਡਾ ਸੀ ਉਪੜਿਆ ਜ਼ਿਆਦਾ ਸੀ ਉਸ ਗੱਲ ਆਖੀ ਸੀ ਪਟਵਾਰੀ ਨੂੰ ਤੇ ਤਹਿਸੀਲਦਾਰ ਨੂੰ ਮੈਂ ਵੱਡਾ ਬੰਦਾ ਇੱਥੇ ਕੋਈ ਨਹੀਂ ਬਹਿਣ ਦੇਣਾ ਸਾਡੀ ਚੌਧਰ ਬਣੀ ਕਿਹਨੇ ਕਿਹਾ ਸੀ ਮੇਰੇ ਭਰਾ ਮੁਹੰਮਦ ਖਾਨ ਨੇ ਉਹ ਚਾਚੇ ਦਾ ਪੁੱਤਰ ਸੀ ਉਹ ਕਿਹਾ ਮਾੜੀਆਂ ਕੌਮਾਂ ਭਾਵੇਂ ਕਿੰਨੀਆਂ ਪਾ ਲੈ ਤਗੜਾ ਮੈਂ ਕੋਈ ਨਹੀਂ ਇੱਥੇ ਬਹਿਣ ਦੇਣਾ ਉਹ ਸਾਰੇ ਸ਼ਾਹ ਜਿੰਨੇ ਮਸ਼ਹੂਰੀ ਟੁੱਟ ਗਿਆ ਸਨ ਅੱਛਾ ਇੱਥੇ ਸ਼ਾਹ ਬੈਠੇ ਸਨ ਆ ਕੇ ਪਹਿਲੇ ਆਉਂਦੇ ਹੀ ਸਨ ਅਤੇ ਬਾਣੀ ਤਹਿਸੀਲਦਾਰ ਅਤੇ ਪਟਵਾਰੀ ਸਨ ਨਾ ਅਤੇ ਇੱਥੇ ਤਾਂ ਨਿੱਕੀਆਂ ਕੌਮਾਂ ਆਈਆਂ ਰਾਈ ਆ ਗਏ ਘੁਮਿਆਰ ਆ ਗਏ
ਇਹ ਫਿਰ ਤਾਂ ਨਾਲ ਹੋ ਕੇ ਵਿਖਾਉਂਦੇ ਗਏ, ਆਹ ਕੋਠਾ ਮਾਲ ਵੇਖ ਬਈ, ਆਹ ਕੋਠਾ ਵੇਖ, ਮਹਿਮਦ ਖਾਂ ਵਿਖਾਉਂਦਾ ਸੀ ਤੇ ਉਹ ਇਸ ਤਰ੍ਹਾਂ ਕਰਕੇ ਨਾ ਇੱਥੇ ਮੋਟਾ ਮਾਲਕ ਕੋਈ ਨਹੀਂ ਆਇਆ। ਤੇ ਜ਼ਮੀਨ ਹੁਣ ਸਭ ਨਾਲੋਂ ਜ਼ਿਆਦਾ ਕਿਹੜੇ ਬੰਦਿਆਂ ਦੀ ਹੈ? ਮਠੂਆਂ ਦੀ? ਇੱਥੇ ਮਠੂਆਂ ਦੀ, ਚੰਦੜਾਂ ਦੀ, ਬਥੇਰੀ ਘੁੰਮਿਆਰਾਂ ਨੇ ਉਹਦੇ ਘੁੰਮਣਾ ਵੀ ਲਈ ਭਾਵੇਂ ਉਹਦੇ ਆਪਣੇ ਦੱਸੋ ਆਪਣੇ ਜਿਹੜੀ ਤੁਹਾਡੀ ਪਹਿਲੇ ਦੀ ਇੱਥੇ ਮਿਲੀ ਤੁਹਾਨੂੰ? ਹਾਂ ਆਹ ਮਟੂਆਂ ਦੀ, ਅੱਗੋਂ ਮਟੂਆਂ ਦੀ। ਹੁਣ ਮਟੂਆਂ ਦੇ ਇੱਥੇ ਕਿੰਨੇ ਘਰ ਹੋ ਗਏ ਹੁਣ? ਮਟੂਆਂ ਦੇ ਹੋ ਹੀ ਗਏ ਨੇ 6 ਘਰ, 20 ਘਰ ਆ ਉੱਪਰਲੇ ਵੀ ਪਾ ਗਏ, 20 ਘਰ, 20 ਘਰ ਹਾਂ ਹਲੇ ਵੀ 20 ਘਰ ਨੇ। ਉਸ ਵੇਲੇ ਜਦੋਂ ਗਏ ਨੇ ਉਦੋਂ ਫਿਰ 2-4 ਘਰ ਹੋਣਗੇ, 2-3 ਹੀ ਸਣਗੇ, ਉਦੋਂ 3-4 ਸਣ ਹੋਣਾ, ਦੋ ਉਹਨਾਂ ਦੀ ਇਲਾਜ ਹੋਈ, ਇਲਾਜ ਗੱਲ ਤੇ ਆਈ ਹੈ। ਠੀਕ ਹੋ ਗਿਆ ਬਜ਼ੁਰਗੋ, ਚਲੋ ਜੀ, ਬੜੀ ਮਿਹਰਬਾਨੀ ਰਾਜੀ ਰਿਆਜ, ਗੁਰਦੁਆਰੇ ਦੀਆਂ ਤਸਵੀਰਾਂ ਜ਼ਰੂਰ ਲਿਆ ਇਹ ਜੀ। ਹੁਣ ਤੁਸੀਂ ਸਾਡੇ ਨਾਲ ਚੱਲਣਾ ਸੀ ਫਿਰ ਗੁਰਦੁਆਰੇ ਦੀ ਵੀਡੀਓ ਬਣਾਈ, ਮੈਂ ਤੁਹਾਡੇ ਨਾਲ ਚੱਲਦਾ ਹਾਂ। ਹਾਂਜੀ ਸਾਨੂੰ ਉਹਦੀ ਹਿਸਟਰੀ ਦੱਸੋ ਥੋੜੀ ਜੀ। ਹਾਂਜੀ ਆਓ ਤੇ ਫਿਰ ਅਸੀਂ ਵੇਖ ਲਓ ਯਾਰ, ਹੁਣ ਤਾਂ ਖੱਖੜੀ ਖੱਖੜੀ ਹੋ ਗਈ ਹੈ। ਨਹੀਂ ਨਹੀਂ ਅਜੇ ਬੜਾ ਖੂਬ, ਇਹਦੇ ਨਾਲ ਤਾਂ ਗੁਰਦੁਆਰਾ ਇਲਾਕਿਆਂ ਹੀ ਕੋਈ ਨਹੀਂ। ਸਹੀ, ਸ਼ੀਸ਼ੇ ਲੱਗੇ, ਬਾਰੀਆਂ ਲੱਗੀਆਂ ਹੇਠ ਤੇ, ਮੈਂ ਨਾ ਉੱਥੇ ਇਸ ਤਰ੍ਹਾਂ ਕਰਦੇ ਤਾਂ ਇੱਥੇ ਆਵਾਜ਼ ਆਉਂਦੀ ਸੀ, ਉੱਥੋਂ ਬੋਲਦੇ ਸਨ ਤਾਂ। ਹਾਂ ਉੱਥੋਂ